ਇੱਥੇ ਵੀ ਤੁਸੀਂ ਕਿਸਾਨ ਨਹੀਂ ਹੈਗੇ ਬਿੱਟੂ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਸਾਰੇ ਪੇੜ ਹੋ ਜੀ ਦੂਜੀਆਂ ਪਾਰਟੀਆਂ ਵੱਲੋਂ? ਅਸਲ ਵਿੱਚ ਜਿਹੜਾ ਅੱਜ ਸਾਡਾ ਸੱਦਾ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਅਤੇ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝਾ ਸੱਦਾ ਜਿਹੜਾ ਸਾਡਾ ਉਹ ਇਹ ਆ ਵੀ ਜਿਹੜੀ ਭਾਜਪਾ ਦੇ ਸਾਡੇ ਨਾਲ ਪਹਿਲਾਂ ਦਿੱਲੀ ਵਾਅਦੇ ਕੀਤੇ ਸੀ ਉਹ ਵਾਅਦਿਆਂ ਤੋਂ ਮੁੱਕ ਰਹੀ ਆ, ਲਾਗੂ ਨਹੀਂ ਕਰ ਰਹੀ। ਇਸ ਕਰਕੇ ਜਿਹੜਾ ਭਾਜਪਾ ਖਾਸ ਕਰਕੇ ਟਾਰਗੇਟ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਹਦੇ ਤਹਿਤ ਜਿਵੇਂ ਰਣਵੀਰ ਬਿੱਟੂ ਆਇਆ ਅੱਜ, ਉਹ ਅਸੀਂ ਉਹਦਾ ਡਟ ਕੇ ਜਿਹੜਾ ਹੈਗਾ ਸਵਾਲ ਪੁੱਛਣੇ ਆ, 11 ਸਵਾਲ ਹੈ, ਉਹ ਸਵਾਲਾਂ ਦਾ ਜਵਾਬ ਦੇਣੇ ਆ। ਜਿਹੜਾ ਬਿੱਟੂ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ ਕਿਸਾਨ ਨਹੀਂ ਹੈ, ਉਹ ਕਿਉਂਕਿ ਕਈ ਵਾਰ ਉਹ ਆਪ ਕਹਿੰਦਾ ਕਹਿੰਦਾ ਵੀ ਮੈਂ ਕਿਸਾਨਾਂ ਦਾ ਪੁੱਤ ਹੈ, ਆਪ ਕਹਿੰਦਾ ਦਿੱਲੀ ਬੈਠਾ ਸੀ ਜਦੋਂ ਉਹ, ਇਹ ਸਾਰਾ ਉਹਨਾਂ ਦਾ ਵੋਟ ਸੁਤੰਤਰ ਹੈ। ਇਸ ਕਰਕੇ ਉਹ ਫੁੱਟ ਪਾਉਣੀ ਚਾਹੁੰਦਾ ਸਾਡੇ ਲੋਕਾਂ 'ਚ, ਕਿਸਾਨਾਂ ਮਜ਼ਦੂਰਾਂ 'ਚ ਵੰਡੀਆਂ ਪਾਉਣੀ ਚਾਹੁੰਦਾ। ਇਸੇ ਤਰ੍ਹਾਂ ਹੰਸਰਾਜ ਹੰਸ ਵੀ ਕਹੀ ਜਾਂਦਾ ਵੀ ਮੈਂ ਮਜ਼ਦੂਰ ਹਾਂ, ਮਜ਼ਦੂਰਾਂ ਦੀ ਆ ਉਹ, ਜੇ ਤੂੰ ਮਜ਼ਦੂਰ ਆ ਤੇਰੇ ਕੋਲ ਜਿਹੜੀ 900 ਕਰੋੜ ਜ਼ਮੀਨ ਜਾਇਦਾਦ ਆ ਮਜ਼ਦੂਰਾਂ ਕੋਲ ਹੈਗੀ ਆ ਕਿਤੇ, ਇਹ ਜਾਣੀ ਟਕਵਾਂਜ ਜਿਹੜੇ ਕਰਦੇ ਨੇ ਲੀਡਰ, ਇਹ ਅਸਲ ਵਿੱਚ ਲੋਕਾਂ ਨੂੰ ਪਾੜਨ ਵਾਲੀਆਂ ਨੀਤੀਆਂ 'ਚ ਕਰ ਰਹੇ ਆ। ਪਰ ਅਸੀਂ ਇਹ ਕਹਿੰਦੇ ਹਾਂ ਵੀ ਜਿੱਥੇ ਵੀ ਭਾਜਪਾ ਦੇ ਲੀਡਰ ਆਉਣਗੇ ਸੰਯੁਕਤ ਕਿਸਾਨ ਮੋਰਚਾ ਵੱਲੋਂ, ਅਸੀਂ ਉਹਨਾਂ ਦਾ ਹਰ ਹਾਲਤ ਉਹਨਾਂ ਨੂੰ ਪਿੰਡਾਂ ਵਿੱਚ ਵੜਨਾ ਬੰਦ ਕਰਾਂਗੇ, ਉਹਨਾਂ ਤੋਂ ਸਵਾਲ ਪੁੱਛਾਂਗੇ। ਜਿੰਨਾ ਚਿਰ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਅਤੇ ਲਾਗੂ ਨਹੀਂ ਕਰਦੇ, ਲਾਗੂ ਤਾਂ ਕੀ ਕਰਨਾ ਸੀ, ਜਮਾਂ ਤਾਂ ਜਿਹੜੇ ਸਾਡੇ 5 ਕਿਸਾਨ ਮਾਰੇ ਸੀ ਉੱਥੇ ਲਖੀਮਪੁਰ ਖੀਰੀ, ਉਹਨਾਂ ਦੇ ਟਿਕਟ ਦਿੱਤੇ ਆ, ਜਵਾਬ ਨਹੀਂ ਮਿਲਦਾ। ਇਹ ਵਿਰੋਧ ਹਰ ਜਿੰਨਾ ਚਿਰ ਜਾਰੀ ਰਹੂਗਾ, ਇੱਥੇ ਤੱਕ ਨਹੀਂ ਜਾਰੀ ਰਹੂਗਾ, ਵੋਟਾਂ ਤੱਕ, ਵੋਟਾਂ ਤੋਂ ਬਾਅਦ ਵੀ ਜਾਰੀ ਰਹੂਗਾ। ਸੰਯੁਕਤ ਮੋਰਚੇ ਵੱਲੋਂ ਲਿਖਤੀ ਰੂਪ 'ਚ ਜਾਰੀ ਕਰਤੇ, ਜੇ ਅਸਲ ਦੇ ਹੁੰਦੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਸਾਰੀ ਪ੍ਰੈਸ 'ਚ ਸਮੁੱਚੇ ਦਿੰਦੇ ਵੀ ਸਾਡੇ ਸਵਾਲ ਆਹ। ਅਸਲ 'ਚ ਇਹਨਾਂ ਕੋਲ ਉਹਨਾਂ ਸਵਾਲਾਂ ਦਾ ਉੱਤਰ ਹੀ ਹੈ ਨਹੀਂ, ਮਸਲਾ ਤਾਂ ਇਹ ਹੈ ਨਹੀਂ, ਇਹ ਸਾਡਾ ਸਾਹਮਣਾ ਕਰਦੇ, ਕਿੰਨੇ ਥਾਵਾਂ 'ਚ ਇਹਨਾਂ ਨੇ ਸਾਹਮਣਾ ਕੀਤਾ ਪਰ ਇੱਕ ਵੀ ਸਵਾਲ ਦਾ ਜਵਾਬ ਨਹੀਂ ਇਹ ਦੇ ਸਕੇ। ਜਦੋਂ ਇਹ ਕਹਿੰਦੇ ਆ ਤੁਸੀਂ ਸਾਡੀ ਸੜਕ ਰੋਕਦੇ ਆ, ਅਸੀਂ ਪੁੱਛਦੇ ਹਾਂ ਤੁਸੀਂ ਸਾਡੀਆਂ ਹਰਿਆਣੇ ਕਾਹਤੋਂ ਰੋਕੀਆਂ, ਸਾਨੂੰ ਦਿੱਲੀ ਜਾਣੋ ਕਿਉਂ ਰੋਕਿਆ, ਉਹਦਾ ਕੀ ਜਵਾਬ ਹੈ ਇਹਨਾਂ ਕੋਲ? ਇਸੇ ਤਰ੍ਹਾਂ ਇਹੋ ਜਿਹੇ ਸਵਾਲ ਹੋਣ ਕਰਕੇ ਜਿਹੜੇ ਇਹਨਾਂ ਨੂੰ ਐਨ ਬੋਧਿਓਂ ਫੜੀ ਫਿਰਦੇ ਆ, ਜਿਹੜੇ ਹੁਣ ਤੱਕ ਇਹਨਾਂ ਦਾ ਮਤਲਬ ਦਿਮਾਗ ਹਿਲਾਈ ਫਿਰਦੇ ਆ, ਉਹ ਸਵਾਲਾਂ ਦਾ ਉੱਤਰ ਨਹੀਂ ਦੇ ਸਕਦੇ। ਇਹ ਕਿੱਡੇ ਕੁ ਵਫਾਦਾਰ ਬਣਦੇ ਆ ਜਿਹਦੇ ਕੋਲੋਂ 1.8 ਕਰੋੜ ਦੀ ਕੋਠੀ ਆ ਹੁਣ ਛਡਾਈ ਆ, ਉਹ ਵੀ ਸਿਰਫ ਕਾਗਜ਼ ਭਰਨੇ ਕਰਕੇ ਭਰੇ ਆ ਨੇ, ਨਹੀਂ ਤਾਂ ਦੱਬੀ ਬੈਠਾ ਸੀ। ਫਿਰ ਇਹ ਕਿੱਡਾ ਕਿਹਦਾ ਲੋਕਾਂ ਦਾ ਮੋਹ ਹੈ ਵੀ ਇਹਾਂ ਦਾ ਵੀ ਮੈਂ ਉਹਦੇ ਦਾ ਭਾਜਪਾ ਦੇ ਦਫ਼ਤਰ 'ਚ ਬੈਠਾ, ਉਹਨੂੰ ਸਾਰੇ ਲੁਧਿਆਣੇ 'ਚੋਂ ਕਿਸੇ ਨੇ ਕੋਠੀ 'ਚ ਨਹੀਂ ਵਾੜਿਆ, ਇੰਨਾ ਮੋਹ ਹੈ ਇਹਦਾ ਲੋਕਾਂ। ਜਿਹੜੇ ਵੀ ਪਿੰਡਾਂ 'ਚ ਬਣੂਗੀ ਅਸੀਂ ਵਿਰੋਧ ਕਰਾਂਗੇ, ਬਣ ਨਹੀਂ ਦੇਵਾਂਗੇ। ਅੱਗੇ ਡੱਲੇ ਪਿੰਡ ਆਉਣਾ ਸੀ, ਅਸੀਂ ਉੱਥੋਂ ਵਾਪਸ ਕੀਤਾ, ਨਾਨਸਰ ਮੱਥਾ ਟੇਕ ਕੇ ਮੁੜ ਗਿਆ। ਇਸ ਕਰਕੇ ਸਾਡਾ 21 ਤਰੀਕ ਨੂੰ ਮੋਰਚੇ ਦਾ ਫੈਸਲਾ ਵਾ, ਗਰਾਊਂਡ ਵਿੱਚ ਵੱਡੀ ਮਹਾਂਪਚਾਰ ਸੱਦੀ ਜਾ ਰਹੀ ਆ, ਉਹਦੀ ਤਿਆਰੀ ਆ, ਉਹਦੇ ਵਿੱਚ ਅਗਲਾ ਐਲਾਨ ਵੀ ਕੀਤਾ ਜਾਣਾ ਉੱਥੋਂ, ਕਿਉਂਕਿ ਫੈਸਲਾ ਹੀ ਆ ਵੀ ਭਾਜਪਾ ਨੂੰ ਕਿਸੇ ਵੀ ਪਿੰਡ 'ਚ ਬਣ ਨਹੀਂ ਦੇਣਾ।